ਇੱਥੇ ਆ ਕੇ ਬਹਿ ਕੇ ਸੋ। ਉਹ ਕੀ ਕਰਦੇ ਹੋ ਤੁਸੀਂ ਭਾਈ? ਝੋਨਾ ਝਾੜਦੇ ਹੋ? ਕੀ ਪੁੱਛਿਆ, ਕੀ ਤਾਂ ਕੁਛ ਕਿਹਾ ਤੁਸੀਂ? ਕੱਲੇ ਦੋ ਨੀ ਸਰ, ਨਾਲ ਹੁੰਜਦੀ ਰਿਹਾ, ਉਹ ਵੀ ਲੱਗੂਗੀ ਮਾੜੀ ਮੋਟੀ ਖਰਚਾ, ਪੁੱਠਾ ਬੁੜੇ ਬੰਦੇ ਗੋਡੇ ਹੋ ਗਿਆ, ਕੋਈ ਗੋਲੀ ਗੱਪਾ ਵੀ ਦੇ ਨਾਲ ਸ਼ਗਨ ਛਕਾਉਣ ਨੂੰ, ਫੇਰ ਹੁੰਜਿਆ ਜਾਊ ਪੇੜੇ। ਇਹ ਤਾਂ ਸਾਰਾ ਬਾਹਲਾ ਕੁਛ ਕਰਨਾ ਪਊਜਾਈਆ, ਜੇ ਝਾੜ ਕੇ ਤੁਰ ਜਾਓਗੇ ਨਾ ਇੱਥੇ ਮਸ਼ੀਨ ਵਾਲਾ ਆਵੇ ਵਾਢੇ ਚ, ਮਸ਼ੀਨ ਭੇਜੋਗੇ? ਉੱਤੋਂ ਨਾ ਵੱਢ ਕੇ ਮੁੜ ਕੇ ਜੜ ਚੋਂ ਵਢਾਊਗਾ। ਹਾਂ, ਖਰਚੇ ਛੱਡ ਜੇ ਕਿਤੇ ਇੱਥੇ, ਮੇਰਾ ਕੋਈ ਬਲ ਨੀ ਪੈਣਾ ਇੱਥੇ ਇਹੋ ਜਿਹੇ ਕੰਮ ਤੇ। ਕਦੀ ਉਹ ਢੋਲ ਭੰਨੀ ਜਾਂਦੇ ਪਰ 1000 ਰੁਪਏ ਦਾ ਹੋਰ ਮਾੜਾ ਮੋਟਾ ਕੰਮ ਢੋਲ ਤਾਂ ਕਰਾਉਂਦੇ ਕੋਲੇ ਪਿਓ, ਫਿਰ ਦਾਰੂ ਦਫਾ ਹੀ ਪਾਉਂਦਾ ਬੁੜਾ ਇਹੋ ਜਿਹੇ ਕੋਈ ਦਾਰੂ ਪਾਉਣ ਵਾਸਤੇ ਸਾਰਾ ਕੁਛ ਕਰਾ ਕੇ ਰੱਖਣੇ। ਅੱਛਾ, ਚਲੋ ਝਾੜ ਲਓ ਫਿਰ, ਮੈਂ ਇੱਥੇ ਬਹਿ ਜਾ। ਜੇ ਦੋ ਗੱਠੇ ਭਰ ਕੇ ਵੱਧ ਨਾ ਲੈ ਜੀ ਮੇਰਾ ਵੀਰ, ਨਾ ਚੱਕ ਫਿਰ ਪਾ ਲਾ 20 ਪੈਸੇ ਬਾਹਰੋਂ ਮੰਗਾਇਆ ਸੀ ਮੈਂ। ਆਹੋ, ਲੈਣ ਤਾਂ ਭੁੱਖੀ ਗਿਆ ਸੀ, ਲੈਣ ਤਾਂ ਭੁੱਖੀ ਗਿਆ ਸੀ, ਮੈਂ ਮੈਨੂੰ 20 ਪਾਤਾ। ਚੱਲ ਮਹਾਂ ਭਾਈ ਆ ਵੀ ਚੰਗਾ ਜਿਹੜਾ ਪਾਤਾ ਦੋ ਸੇ, ਤੇ ਤੂੰ ਮੈਨੂੰ ਜਮਾਂ ਹੀ ਠੱਗੀ ਜਾਂਦਾ ਇੱਥੇ ਗੁੜਿਆ ਪਿਆ। ਹਾਂ ਉਹ ਨਹੀਂ ਅੱਛੀ ਬਾਤ, ਚੰਗਾ ਭਾਈ ਚੱਲਿਆ ਮੈਂ ਤਾਂ ਫਿਰ, ਚੱਲਿਆ ਮੈਂ ਤਾਂ ਫਿਰ ਹੁਣ, ਕਿਉਂ ਚੋਰੀ ਕਰਨੀ ਹੈ? ਜਾ ਜਾ ਬਾਈ ਇੱਥੇ, ਤੂੰ ਗੱਟਾ ਪਰ ਤੁਰਦਾ ਲੱਗ ਬਾਣ ਚੋਂ ਪਰੇ ਮੇਰੇ ਚੋਂ, ਐਵੇਂ ਜਣਾ ਗਾਲੀ ਜਾਂਦਾ ਚੌੜਾ ਜਿਹਾ ਮਸਾਂ ਪਾਲੇ ਆ ਪੁੱਤਾ ਸਾਨੂੰ ਇਹ, ਅੱਛਾ ਤੇਰਾ ਦਿਹਾੜੀਆ ਭੋਰੀ ਜਾਂਦਾ ਕਰ ਲਾ ਗੱਲ। ਹਾਂ ਦੇਖੋ ਹਰੇ ਵੱਢੀ ਜਾਂਦੇ, ਸਾਰਾ ਕੁਛ ਨੀ ਹੁੰਦਾ, ਮਸਾਂ ਪਾਲੇ ਆ ਪੁੱਤਾ ਸਾਨੂੰ ਸਾਰਾ ਕੁਛ ਹੁੰਦਾ ਇਹ। ਉਹ ਖੇਤੀ ਕਿਹੜਾ ਬਿਨਾਂ ਕਰੇ ਤੇ ਹੁੰਦੀ ਆ, ਮਿਲਦੀ ਆ ਕਰਮ ਵਾਲਿਆਂ ਨੂੰ, ਮਿਲਦੀ ਆ ਦੂਜੇ ਬਿਨਾਂ ਕਰਮ ਦੇ ਫਿਰਦੇ ਨਾ, ਪਾਣੀ ਲਹੂ ਇੱਕ ਹੋ ਗਿਆ ਮੇਰਾ ਹਾੜ ਦੇ ਮਹੀਨੇ, ਮੁੜਕੇ ਬਿਨਾਂ ਤਾਂ ਨਹੀਂ ਹੁੰਦਾ, ਪਰ ਹੁੰਦਾ ਨਾ ਗਾਲੋ ਕਰ ਕਰਾ ਕੇ ਤੁਸੀਂ, ਇੱਟਾਂ ਭੰਨੀ ਜਾਂਦੇ ਹੋ ਵਿੱਚੋਂ ਚਾਰ। ਚਲੋ ਹੁਣ ਬਸ ਕਰੋ, ਬਹੁਤ ਹੋ ਗਏ, ਉਹ ਬਹੁਤ ਹੋ ਗਏ, ਵਾਧੂ ਇੱਥੇ ਐਵੇਂ ਜਾਊ ਝਾੜਿਆ ਆਪਾਂ ਕੀੜੇ ਲੈ ਜਾਣਗੇ, ਤੁਸੀਂ ਗੱਟੇ ਭਰੋ ਪਹਿਲਾਂ ਛਿੰਦੇ ਆਪਦੇ ਤੋਂ, ਹਾਂ ਬਹੁਤ ਲਾਉਣਾ, ਬਹੁਤ ਲਾਉਣਾ, ਬਹੁਤ ਲਾਉਣਾ, ਹੋਰ ਝਾੜ ਲਓ ਗੱਟਾ ਫਿਰ, ਉਹ ਇੱਕ ਪੜਦੇ ਨਾ ਭਰ ਲਓ, ਜਵਾਕਾਂ ਤੋਂ ਪੜਦੇ ਨਾ ਭਰ ਲਓ ਇੱਕ, ਜਵਾਕ ਲਾਉਣਗੇ ਮੈਨੂੰ, ਹਾਂ ਕੋਈ ਨਹੀਂ।